ਦੀਨ ਭੁੱਲਣਾ ਮਤਲਬ ਧਰਮ ਦੇ ਕਾਨੂੰਨ ਨੂੰ ਭੁੱਲਣਾ, ਰੱਬ ਦੇ ਕਾਨੂੰਨ ਨੂੰ ਭੁੱਲਣਾ, ਕੁਦਰਤ ਦੇ ਲਾਅ ਨੂੰ ਭੁੱਲ ਜਾਣਾ, ਇਹੀ ਧਰਮ ਨੂੰ ਭੁੱਲਣਾ ਹੈ, ਦੀਨ ਨੂੰ ਭੁੱਲਣਾ ਹੈ। ਲੋ ਪੜੋ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੇ ਝੂਠ, ਸਵਾਨ ਸੂਕਰ ਬਾਇਸ ਜਿਵੇਂ ਭਟਕਤ ਚਾਲਿਓ ਉਠ, ਭਟਕ ਕੇ ਇੱਦਾਂ ਹੀ ਮਰ ਜਾਏਗਾ ਜਿਵੇਂ ਕੁੱਤਾ ਸੂਰ, ਇਹਨਾਂ ਦੀ ਕਹਿੰਦੇ ਪਸ਼ੂਆਂ ਵਾਲੀ ਜ਼ਿੰਦਗੀ ਬਤੀਤ ਕਰਕੇ ਚੱਲਿਆ ਜਾਏਗਾ। ਬੰਦਾ ਸੀ ਤੇ ਬੰਦਾ ਬਣ ਕੇ ਰਹਿੰਦਾ, ਕੁਦਰਤ ਦੇ ਕਾਨੂੰਨ ਨੂੰ ਨਾ ਤੋੜਦਾ। ਹਾਲਾਂਕਿ ਪਸ਼ੂਆਂ ਨੂੰ ਪਤਾ ਹੈ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ, ਉਹਨਾਂ ਨੂੰ ਅਜੇ ਪਤਾ ਹੈ। ਇਹ ਪ੍ਰੋਬਲਮ ਸਾਡੀ ਸਗੋਂ ਜ਼ਿਆਦਾ ਹੈ। ਨਿਯਮ ਨਾ ਭੁੱਲ, ਕੁਦਰਤ ਦੇ ਨਿਯਮ ਕੀ ਨੇ, ਮੇਰੀ ਬੋਡੀ ਲਈ ਕੁਦਰਤ ਦੇ ਨਿਯਮ ਕੀ ਨੇ, ਆਲੇ ਦੁਆਲੇ ਲਈ ਕੁਦਰਤ ਦਾ ਸਿਸਟਮ ਖਰਾਬ ਨਾ ਕਰੀਏ। ਸਾਨੂੰ ਗੁਰਬਾਣੀ ਰੱਬ ਨਾਲ ਜੋੜਦੀ ਹੈ, ਸਾਨੂੰ ਗੁਰਬਾਣੀ, ਵੀਰੋ ਬੋਲੋ, ਸਾਨੂੰ ਗੁਰਬਾਣੀ ਰੱਬ ਨਾਲ ਜੋੜਦੀ। ਤੇ ਰੱਬ ਕੀ ਹੈ, ਪਰਮਾਤਮਾ ਕੀ ਹੈ? ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਆ ਜਿਹੜਾ ਫੈਲਿਆ ਹੋਇਆ ਰੱਬ ਹੀ ਹੈ, ਆ ਜਿਹੜਾ ਕੁਦਰਤ ਦੇ ਰੂਪ ਵਿੱਚ ਸਾਨੂੰ ਦਿਸਦਾ, ਇਹ ਰੱਬ ਦਾ ਸਰਗੁਣ ਰੂਪ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਆ ਜਿਹੜਾ ਨਜ਼ਰ ਆਉਂਦਾ ਹੈ ਰੱਬ ਹੀ ਤੇ ਸੀ, ਤੇ ਇਸ ਰੱਬ ਨੂੰ ਖਰਾਬ ਕਰਕੇ ਕਿਹੜੇ ਰੱਬ ਨੂੰ ਠੀਕ ਕਰਨ ਦੀ ਗੱਲ ਕਰਦੇ ਹਾਂ? ਇਸ ਰੱਬ ਦੇ ਨਿਯਮਾਂ ਨੂੰ ਤੋੜ ਕੇ ਕਿਹੜੇ ਰੱਬ ਨੂੰ ਖੋਜ ਕਰਨ ਦੀ ਗੱਲ ਕਰਦੇ? ਸਰਗੁਣ ਨੂੰ ਖਰਾਬ ਕਰਕੇ ਕਿਹੜੇ ਨਿਰਗੁਣ ਨੂੰ ਲੱਭਦਾ? ਸਰਗੁਣ ਦਾ ਸਿਸਟਮ ਖਰਾਬ ਕਰਕੇ ਤੇ ਕਿਹੜੇ ਨਿਰਗੁਣ ਨੂੰ ਠੀਕ ਕਰਨ ਦੀ ਗੱਲ ਕਰਦਾ? ਕਿਹਨੂੰ ਖੁਸ਼ ਕਰਾਂਗੇ ਆਪਾਂ? ਤਾਂ ਕਰਕੇ ਜਿਹੜਾ ਨਜ਼ਰ ਆ ਰਿਹਾ ਕੁਦਰਤ ਦੇ ਰੂਪ ਵਿੱਚ, ਇਹ ਵੀ ਰੱਬ ਦਾ ਸਰਗੁਣ ਰੂਪ ਹੈ, ਪ੍ਰਗਟ ਰੂਪ ਹੈ ਪਰਮਾਤਮਾ ਦਾ। ਇੱਕੋ ਹੀ ਹੈ, ਇੱਕ ਦੇ ਹੀ ਦੋ ਰੂਪ ਨੇ, ਦੋ ਨਹੀਂ ਨੇ, ਹੈ ਇੱਕ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਨਾਨਕ ਇੱਕੋ ਪਸਰਿਆ, ਇੱਕ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ, ਇੱਕ ਪਰਮਾਤਮਾ ਹੀ ਹੈ। ਤਾਂ ਕਰਕੇ ਉਹਦੇ ਨਿਯਮਾਂ ਦੇ ਵਿੱਚ ਰਹੀਏ, ਕੁਦਰਤ ਦਾ ਕਾਨੂੰਨ ਨਾ ਕੋਈ ਵੀ ਤੋੜੀਏ। ਅੱਜ ਇੱਥੇ ਦਾ ਸਿਸਟਮ ਠੀਕ ਤਾਂ ਹੈ ਕਿਉਂਕਿ ਕੁਦਰਤ ਨਾਲ ਜੁੜੇ ਹੋਏ ਹੈ, ਰੱਬ ਦਾ ਜਿਹੜਾ ਪ੍ਰਗਟ ਰੂਪ ਹੈ ਉਹਦੇ ਨਾਲ ਇਹ ਲੋਕ ਜੁੜੇ ਹੋਏ ਹੈ। ਤੇ ਸਾਡੇ ਇੰਡੀਆ ਵਿੱਚ ਕੀ ਚੱਲ ਰਿਹਾ ਹੈ, ਜਿਹੜਾ ਪ੍ਰਗਟ ਰੂਪ ਹੈ ਉਹਨੂੰ ਖਰਾਬ ਕਰੀ ਜਾਂਦੇ ਹੈ। ਤੇ ਰੱਬ ਨਾਲ ਜੁੜੇ ਹੋਏ ਉਹ ਕਿਹੜੇ ਨਾਲ? ਜਿਹੜਾ ਕਹਿੰਦੇ ਸੱਤਵੇਂ ਅਸਮਾਨ ਤੇ ਬੈਠਾ, ਕਿਤੇ ਉੱਤੇ ਬੈਠਾ, ਕਿਤੇ ਉਸ ਰੱਬ ਨਾਲ ਜੁੜੇ ਹੋਏ ਆ ਜਿਹੜਾ ਸਾਹਮਣੇ ਰੱਬ ਹੈ ਉਹਦੇ ਨਾਲ ਖਿਲਵਾੜ ਕਰਦੇ। ਤਾਂ ਕਰਕੇ ਜਿਹੜਾ ਪ੍ਰਗਟ ਰੂਪ ਹੈ ਪਰਮਾਤਮਾ ਦਾ ਉਹ ਕੁਦਰਤ ਹੈ। ਆ ਕੁਦਰਤ ਨੂੰ ਵੇਖਣਾ, ਇਹਦੇ ਮੁਤਾਬਕ ਚੱਲਣਾ, ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣਾ, ਇਹ ਰੱਬ ਦੇ ਅਧੀਨ ਚੱਲਣਾ ਹੁੰਦਾ ਹੈ। ਤੇ ਚੇਤਾ ਰੱਖਿਓ, ਜਿਹੜਾ ਕੁਦਰਤ ਦੇ ਨਿਯਮ ਵਿੱਚ ਰਹੇਗਾ ਉਹਨੂੰ ਕਦੇ ਤੱਤੀ ਵਾਹ ਨਹੀਂ ਲੱਗਣੀ। ਤਾਤੀ ਵਾਹ ਉਹ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਪਾਰ ਬ੍ਰਹਮ ਸ਼ਰਨਾਈ। ਕੁਦਰਤ ਦੇ ਨਿਯਮਾਂ ਵਿੱਚ ਰਹਿਣ ਵਾਲਿਆਂ ਨੂੰ ਤੱਤੀ ਵਾਹ ਕਦੇ ਨਹੀਂ ਲੱਗਦੀ, ਜਿਹੜੇ ਨਿਯਮਾਂ ਦੇ ਮੁਤਾਬਕ ਚੱਲਦੇ ਆ। ਲੋ ਫਿਰ ਅੱਗੇ ਸੁਣੇ, ਹਾਂਜੀ, ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੇ ਝੂਠ,
ਸਵਾਨ ਸੂਕਰ ਬਾਇਸ ਜਿਵੇਂ ਭਟਕਤ ਜਾਣੇ ਉਠ ਦੀਨ ਬੇਸਾਰੇ ਦੀਵਾਨੇ ਦੀਨ ਬੇਸਾਰੇ ਪੜੋ ਦੀਨ ਬੇਸਾਰੇ ਆਪਸ ਕਾ ਧੀਰਕ ਕਰ ਜਾਣੇ ਔਰ ਕੋ ਲਗ ਮਾਤ ਮਨ ਸਾਬਾਤ ਕਰ ਮਨਾ ਮੈਂ ਦੇਖੇ ਦੋ ਦਿਖ ਜਾ ਦੀਨ ਬੇਸਾਰਿਓ ਰੇ ਦੀਵਾਨੇ ਦੀਨ ਬੇਸਾਰਿਓ ਰੇ ਕਾਮੀ ਕ੍ਰੋਧੀ ਚਾਤਰੀ ਬਾਜ਼ੀਗਰ ਬੇਕਾਮ ਕਬਹੂ ਨ ਸਿਮਰਿਓ ਰਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨ ਸਿਮਰਿਓ ਰਾਮ ਦੀਨ ਬੇਸਾਰਿਓ ਰੇ ਦੀਵਾਨੇ ਦੀਨ ਬੇਸਾਰਿਓ ਦੀਨ ਬੇਸਾਰੇ ਦੀਵਾਨੇ ਦੀਨ ਬੇਸਾਰੇ ਬੋਲੋ ਦੀਨ ਬਸ ਕੁਦਰਤ ਦੇ ਨਿਯਮ ਨਾ ਛੱਡਿਓ ਵੇਖੋ ਨਿਯਮ ਮੇਰੀ ਬੋਡੀ ਵਾਸਤੇ ਨਿਯਮ ਇਹ ਹੈ ਵੀ ਇੰਨਾ ਕੁ ਮਿੱਠਾ ਖਾਣਾ ਜੇ ਵੱਧ ਖਾਵਾਂਗੇ ਤਾਂ ਫਿਰ ਕੀ ਹੋ ਜੂ ਸ਼ੂਗਰ ਹੋ ਜੂ ਡਾਇਬਟੀਜ਼ ਹੋ ਜਾਣੀ ਛੱਡੀ ਨਾ ਆਹ ਚੇਤਾ ਰੱਖਣਾ ਬਸ ਵੀ ਮੇਰੇ ਲਈ ਆਹ ਠੀਕ ਹੈ ਮੈਂ ਆਹੀ ਕਰਨਾ ਬਸ ਨਿਯਮਾਂ ਨੂੰ ਛੱਡਿਆ ਨਹੀਂ ਤੇ ਦੁਖੀ ਹੋਇਆ ਨਹੀਂ ਕੁਦਰਤ ਦੇ ਨਿਯਮ ਨਾ ਛੱਡਿਓ ਦੁਖੀ ਹੋ ਜਾਂਦੇ ਪਰੇਸ਼ਾਨ ਹੋ ਜਾਂਦੇ ਕਹਿ ਕਬੀਰ ਮੂਰਖ ਮੁਗਧ ਗਵਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਸੁਣੋ ਸੁਣੋ ਪਿਆਰੇ ਰਾਮ ਰਮਿਆ ਹੋਇਆ ਕੁਦਰਤ ਦੇ ਰੂਪ ਵਿੱਚ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰਾਮ ਕੁਦਰਤ ਫੈਲਿਆ ਹੋਇਆ ਘੱਟ ਘੱਟ ਵਿੱਚ ਤੇ ਨਾਮ ਕੁਦਰਤ ਦਾ ਗਿਆਨ ਸਭ ਤੇ ਉੱਤਮ ਹਰ ਕੀ ਕਥਾ ਹਰੀ ਕੀ ਹੈ ਫੈਲਿਆ ਹੋਇਆ ਕੁਦਰਤ ਦੇ ਵਿੱਚ ਹੈ ਜਿਹੜਾ ਹਰੀ ਦੀ ਕਥਾ ਸਾਰੇ ਪਾਸੇ ਫੈਲਿਆ ਹੋਇਆ ਰਾਮ ਰਮਿਆ ਹੋਇਆ ਤੇ ਨਾਮ ਰਮੇ ਹੋਏ ਦਾ ਗਿਆਨ ਰਾਮ ਨਾਮ ਰਮੇ ਹੋਏ ਪਰਮਾਤਮਾ ਦਾ ਗਿਆਨ ਜਿਹੜਾ ਰੱਬ ਜੀ ਪਰਮਾਤਮਾ ਸਾਰੇ ਪਾਸੇ ਕੁਦਰਤ ਦੇ ਰੂਪ ਵਿੱਚ ਹੈ ਉਹਦਾ ਗਿਆਨ ਲੈ ਉਹਨੂੰ ਠੀਕ ਕਿਵੇਂ ਰੱਖਣਾ ਹੈ ਰੱਬ ਜੀ ਦੇ ਨਿਯਮਾਂ ਨੂੰ ਸਹੀ ਕਿਵੇਂ ਰੱਖਣਾ ਹੈ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਕੁਦਰਤ ਦੇ ਨਿਯਮਾਂ ਮੁਤਾਬਕ ਚੱਲੇਗਾ ਫਿਰ ਜਿਨ ਹਰ ਜਪਿਆ ਸੇ ਹਰ ਹੋਏ ਉਹਦੇ ਮੁਤਾਬਕ ਚੱਲ ਫਿਰ ਸੁਣ ਲਓ ਆਪਾਂ ਕਹਿ ਕਬੀਰ ਚੇਤੇ
ਦਰਬਾਰ ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਦੀਨ ਬੇਸਾਰਿਓ ਰੇ ਦੀਵਾਨੇ ਦੀਨ ਬੇਸਾਰਿਓ ਰੇ ਪੜੋ ਜੀ ਦੀਨ ਬੇਸਾਰਿਓ ਰੇ ਦੇਵਾਨੇ ਦੀਨ ਬੇਸਾਰਿਓ ਰੇ ਗਾਓ ਜੀ ਗਾਓ ਦੀਨ ਬੇਸਾਰਿਓ ਰੇ ਦੇਵਾਨੇ ਦੀਨ ਬੇਸਾਰਿਓ ਰੇ ਬਸ ਦੀਨ ਨਹੀਂ ਛੱਡਣਾ ਦੀਨ ਮਤਲਬ ਧਰਮ ਧਰਮ ਮਤਲਬ ਕਾਨੂੰਨ ਕਾਨੂੰਨ ਮਤਲਬ ਰੱਬ ਜੀ ਦਾ ਬਣਾਇਆ ਹੋਇਆ ਲੋਅ